ਵੀਰੋ ਸਰੋਂ ਦੀ ਬਹੁਤ ਥੋੜਾ ਸਮਾਂ ਲੈਣ ਵਾਲੀ ਵੈਰਾਈਟੀ ਬਾਰੇ ਜਾਣਕਾਰੀ ਲੈ ਕੇ ਆਇਆ ਤੇ ਪਿੰਡ ਸਰਾਵਾਂ ਦੇ ਵਿੱਚ ਪਹੁੰਚਿਆ ਜ਼ਿਲ੍ਹਾ ਫਰੀਦਕੋਟ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਇਹ ਕਿਹੜੀ ਵੈਰਾਈਟੀ ਕਿਹੜੀ ਹੈ ਸਰੋਂ ਦੀ? ਇਹ ਇਫਸਾ ਦੀ IF 11-12 ਵੈਰਾਈਟੀ ਹੈ ਜੀ। ਇਫਸਾ ਕੰਪਨੀ? ਹਾਂਜੀ। ਇਫਸਾ ਮਤਲਬ ਵੀ ਬੰਸੀ ਗੋਲਡ ਵਾਲੀ? ਬੰਸੀ ਗੋਲਡ ਵਾਲੀ ਜੀ, ਜਿਹਦੀ ਮਸ਼ਹੂਰ ਹੈ ਮੂੰਗੀ ਦਾ ਕਾਫੀ ਨਾਮ। ਹਾਂਜੀ ਹਾਂਜੀ ਹਾਂਜੀ। ਤੇ ਬਾਈ ਜਿਵੇਂ ਇਹ ਬਿਜਾਈ ਦੀ ਗੱਲ ਕਰੀਏ, ਕਦੋਂ ਬਿਜਾਈ ਹੋਈ ਆ? ਇਹ ਬਿਜਾਈ ਸਹੀ ਆਪਾਂ 15 ਨਵੰਬਰ ਨੂੰ ਕੀਤੀ, ਥੋੜ੍ਹੀ ਲੇਟ ਹੀ ਕੀਤੀ ਹੈ ਜੀ। ਹਾਂ ਕਾਫੀ ਜ਼ਿਆਦਾ ਲੇਟ, ਕਾਫੀ ਲੇਟ ਆ। ਹਾਂ ਵੈਸੇ 15 ਨਵੰਬਰ ਦੀ ਸਹੀ ਟਾਈਮਿੰਗ ਹੈ ਇਹਦੀ, ਸਾਡੀ ਅਸੀਂ ਜਿਹੜੀ ਬਿਜਾਈ ਕੀਤੀ ਆ। ਵੈਸੇ ਤਾਂ ਅਕਤੂਬਰ 'ਚ ਸਰੋਂ ਬੀਜੀਆਂ ਜਾਂਦੀਆਂ ਜੀ। ਅਤੇ ਉਹਦੇ ਅਕੋਰਡਿੰਗ ਬਹੁਤ ਵਧੀਆ ਇਹ ਸਰੋਂ ਬਣੀ ਹੈ ਜੀ। ਅਤੇ 15 ਨਵੰਬਰ ਦੀ ਵੀ ਜੇ ਬਿਜਾਈ ਦੇਖੀਏ, ਫਿਰ ਵੀ ਇਹਦਾ ਕੱਦ ਵਗੈਰਾ ਫਲ ਚੱਕਿਆ ਜਿਵੇਂ ਨੇ, ਚੰਗੀ ਹਾਈਟ ਲਈ ਹੈ ਜਿਹਨੇ ਅਤੇ ਵਧੀਆ ਫਟਾਰ ਕੀਤਾ। ਅਤੇ ਬਾਈ ਇਹਨੂੰ ਕੀ ਖਾਦ ਖੁਰਾਕ ਦਿੱਤੀ ਹੁਣ ਤੱਕ? ਇਹਨੂੰ ਖਾਦ ਖੁਰਾਕ ਜੀ 50 ਕਿਲੋ DAP ਪਾਈ ਹੈ ਜੀ, ਅਤੇ 3 ਤੋਂ 4 ਕਿਲੋ ਸਲਫਰ ਹੈ ਜੀ ਜੀ। ਹਾਂ ਅਤੇ ਯੂਰੀਆ ਤਾਂ ਨਾ ਮਾਤਰੀ 10-15 ਕਿਲੋ ਪਾਈ ਜੀ। 10-15 ਸਿਰਫ? 10-15 ਹੀ ਸਿਰਫ ਜੀ। ਅਤੇ ਪਾਣੀ ਬਾਈ ਕਿੰਨੇ ਲੱਗੇ? ਪਾਣੀ ਉਹਨੂੰ 2 ਲੱਗੇ ਜੀ ਜੀ। ਅਤੇ ਬਾਈ ਪਹਿਲਾਂ ਵੀ ਹੈ ਨਾ ਸਰੋਂ ਬੀਜਦੇ ਹੋ ਤੁਸੀਂ? ਹਾਂਜੀ ਹਾਂਜੀ। ਕਾਫੀ ਖੇਤੀ ਕਰਦੇ ਸਰੋਂ, ਅਤੇ ਕਿਵੇਂ ਲੱਗਿਆ ਐਕਸਪੀਰੀਅੰਸ? ਬਹੁਤ ਵਧੀਆ ਜੀ, ਜਿਹੜੇ ਹਿਸਾਬ ਨਾਲ ਥੋੜ੍ਹੇ ਟਾਈਮ 'ਚ ਇੰਨੀ ਵਧੀਆ ਸਰੋਂ ਬਣ ਗਈ, ਮਚੋਰ ਹੋ ਗਈ ਹੈ। ਬਾਕੀ ਝਾੜ ਹੁਣ ਲੱਗਦਾ ਤਾਂ ਫਲ ਬਹੁਤ ਵਧੀਆ ਲਿਆ ਨੇ। ਹਾਂ ਫਲ ਬਹੁਤ ਚੱਕਿਆ, ਵੱਡੇ ਤੋਂ ਪਤਾ ਲੱਗੂਗਾ ਜੀ। ਅਤੇ ਇਹਨੂੰ ਇੱਕ ਉਹ ਆ ਜਾਂਦਾ ਸਰੋਂ ਨੂੰ ਚਿੱਟੀ ਜੀ ਉੱਲੀ? ਨਹੀਂ ਕੁਛ ਨਹੀਂ ਜੀ, ਹਜੇ ਤੱਕ ਫਲੀਆਂ ਬਿਲਕੁਲ ਸਾਫ਼ ਇਹਦੀਆਂ, ਕੋਈ ਉੱਲੀ ਰੋਗ ਨਹੀਂ, ਕੁਛ ਨਹੀਂ ਗਾ। ਜਾਂ ਕੋਈ ਹੋਰ ਪ੍ਰੋਬਲਮ ਆਈ ਹੋਵੇ? ਨਹੀਂ ਕੋਈ ਪ੍ਰੋਬਲਮ ਨਹੀਂ ਜੀ। ਬਾਕੀ ਇਹ ਸਾਰੇ ਕਈ ਸਰੋਂ ਦਾ ਹੁੰਦਾ ਵੀ ਫੁੱਲ ਐਂਡ ਤੱਕ ਕੱਢੀ ਜਾਂਦੀਆਂ, ਵਿੱਚ ਫਲੀਆਂ ਆ ਜਾਂਦੀਆਂ। ਇਹਨੇ ਫੁੱਲ ਸਾਰੇ ਝਾੜ ਚੁੱਕੀ ਹੈ ਤਕਰੀਬਨ, ਨਾ ਮਾਤਰੀ ਉੱਪਰ ਰਹਿ ਗਏ। ਹਾਂ ਹਾਂ ਇਹ ਵੀ ਝਾੜ ਜਾਣੇ, ਫਲ ਲੈ ਲਿਆ ਨੇ ਪੂਰਾ ਅਤੇ ਫੁੱਲ ਸਾਰੇ ਝਾੜ ਗਏ ਨੇ। ਸਰੋਂ ਦੇ ਵੱਢਣ 'ਚ ਦਿੱਕਤ ਆਉਂਦੀ ਹੈ ਉਹਦੀ ਜੀ, ਜੇ ਮਤਲਬ ਫੁੱਲ ਲੇਟ ਤਾਂ ਹੀ ਚੱਕੀ ਜਾਵੇ ਤਾਂ ਪਹਿਲਾਂ ਵਾਲੀਆਂ ਫਲੀਆਂ ਪੱਕਣ ਲੱਗ ਜਾਂਦੀਆਂ ਜੀ। ਉਹਦੀ ਕੋਈ ਦਿੱਕਤ ਨਹੀਂ, ਸਾਡੇ ਹਿਸਾਬ ਨਾਲ ਵਧੀਆ ਸਰੋਂ ਜੀ। ਅਤੇ ਹੋਰਾਂ ਵਰਾਇਟੀਆਂ ਦੇ ਮੁਕਾਬਲੇ ਕਿਵੇਂ ਦੇਖਦੇ? ਵਧੀਆ ਲੱਗਦੀ ਹੈ ਜੀ, ਸਰੋਂ ਤਾਂ ਹਰ ਸਾਲ ਹੀ ਬੀਜਦੇ ਹਾਂ, ਪਰ ਸਾਨੂੰ ਇਹ ਸਰੋਂ ਚੰਗੀ ਲੱਗੀ ਹੈ ਸਾਰਿਆਂ ਤੋਂ। ਠੀਕ ਹੈ ਵੀ ਮਤਲਬ 15 ਨਵੰਬਰ ਨੂੰ ਬੀਜ? 15 ਨਵੰਬਰ ਨੂੰ ਬੀਜੀ ਹੈ ਜੀ। ਤੁਸੀਂ ਦੇਖ ਸਕਦੇ ਹੋ ਸਭ ਤੋਂ ਘੱਟ ਸਮੇਂ ਵਾਲੀ ਕਹਿ ਸਕਦੇ, ਘੱਟ ਸਮੇਂ ਵਾਲੀ ਕਹਿ ਸਕਦੇ ਜੀ। 15 ਨਵੰਬਰ ਦੀ ਬਿਜਾਈ ਹੈ, 15 ਨਵੰਬਰ ਦੀ ਬਿਜਾਈ ਕਰਕੇ ਵੀ ਜਿਹੜੀ ਹੁਣ ਮੈਚੋਰ ਹੋ ਗਈ ਵੀ ਇਦੂ ਕਾ, ਪਹਿਲਾਂ ਵੀ ਬਾਈ ਸਰੋਂ ਲਾਉਂਦਾ ਵੀ ਇਦੂ ਘੱਟ ਸਮਾਂ ਕੋਈ ਵਰਾਇਟੀ ਨਹੀਂ ਲੈਂਦੀ? ਹਾਂਜੀ ਬਿਲਕੁਲ ਜੀ ਜੀ। ਅਤੇ ਜਿੰਨੇ ਹੀ ਜੇ ਆਪਾਂ ਲੇਟ ਲਾਉਂਦੇ ਹਾਂ ਤਾਂ ਉਹ ਪੱਕਣ ਦੇ ਵਿੱਚ ਨਹੀਂ ਆਉਂਦੀਆਂ, ਪੱਕਣ ਹਾਈਟ ਵਗੈਰਾ ਨਹੀਂ ਕਰਦੀ ਜੀ, ਫਟਾਰ ਨਹੀਂ ਕਰਦੀ। ਹਾਂ ਨਾ ਉਹਨੂੰ ਉਹਦਾ ਕੱਦ ਹੋਵੇ ਸਹੀ ਅਤੇ ਨਾ ਫਟਾਰਾ ਹੋਵੇ, ਜਿਵੇਂ ਇਹਨੇ ਵੀ ਇੰਨਾ ਸਮਾਂ ਲੇਟ ਲਾਉਣ ਦੇ ਬਾਵਜੂਦ ਵੀ ਸਾਰਾ ਕੁਛ। ਬਿਲਕੁਲ ਜੀ ਬਿਲਕੁਲ, ਪਹਿਲੇ ਸਾਲ ਆਪਾਂ ਲਾਈ ਹੈ, ਬਾਕੀ ਵੱਢਣ ਤੋਂ ਆਪਾਂ ਨੂੰ ਸਾਰਾ। ਹਾਂ ਵੱਢਣ ਅਤੇ ਝਾੜ ਵਗੈਰਾ ਦਾ ਉਦੋਂ ਦੱਸਾਂਗੇ ਜਦੋਂ ਬਾਈ ਨੇ ਵੱਢੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।